ఓ oh, my dear friends welcome to vidya english class aaj is class de vich assi oxford practice grammar di exercise number 99 karan lagge ha jehde vich ke assi they and it bare gal karange eh dekhnde vich jinne asaan lagde ne ge but to be very honest jadon assi innu use karna hunda sentence de vich sanu eh hi nahi pata lagda ke assi they kithe use kariye te it kithe ਯੂਜ਼ ਕਰੀਏ ਇਸ ਤੋਂ ਪਹਿਲਾਂ ਕਿ ਆਪਾਂ ਕਲਾਸ ਨੂੰ ਸਟਾਰਟ ਕਰੀਏ ਮੈਂ ਤੁਹਾਨੂੰ ਇੱਕ ਰਫਲੀ ਆਈਡੀਆ ਦੇਣਾ ਚਾਹਣਾਗਾ ਕਿ ਇਟ ਕਿੱਥੇ-ਕਿੱਥੇ ਲੱਗਦਾ ਤਾਂ ਨੋਟ ਕਰ ਲਿਓ ਹੁਣੇ ਇਟ ਅਸੀਂ ਉਦੋਂ ਲਗਾਉਣੇ ਹੁੰਦੇ ਹਾਂਗੇ ਜਦ ਟਾਈਮ ਦੀ ਗੱਲ ਹੋਵੇ ਟਾਈਮ ਮਤਲਬ ਮਿੰਟ ਸੈਕਿੰਡਸ ਮਹੀਨੇ ਸਾਲ 6 ਮਹੀਨੇ 3 ਮਹੀਨੇ ਦੀ ਗੱਲ ਹੋਵੇ ਇੱਕ ਹਫ਼ਤੇ ਦੀ ਗੱਲ ਹੋਵੇ ਇਹ ਟਾਈਮ ਦੇ ਵਿੱਚ ਆ ਜਾਂਦਾ ਤੇ ਉਵੇਂ ਹੀ ਜਦੋਂ ਕਿਸੇ ਮੌਸਮ ਦੀ ਗੱਲ ਕਰਦੇ ਹਾਂ ਸੀ ਕਿਸੇ ਸੀਜ਼ਨ ਦੀ ਗੱਲ ਕਰਦੇ ਹਾਂ ਕਿ ਜਿਵੇਂ ਹੁਣ ਬਾਰਿਸ਼ ਹੋ ਰਹੀ ਹੈ ਧੁੱਪ ਹੈ ਸ਼ਾਂ ਹੈ ਇਹ ਜਿਹੀ ਚੀਜ਼ਾਂ ਲਈ ਵੀ ਇਟ ਦੀ ਵਰਤੋਂ ਕਰਦੇ ਹਾਂ ਅਗਰ ਕਹਿਣਾ ਹੋਵੇ ਕਿ ਅੱਜ ਮੇਰਾ ਜਨਮ ਦਿਨ ਹੈ ਤਾਂ ਆਪਾਂ ਕਹਾਂਗੇ ਇਟਸ ਮਾਈ ਬਰਥਡੇ ਟੂਡੇ ਨਾ ਕਿ ਆਪਾਂ ਕਹਾਂਗੇ my birthday is today ਇਹ ਗਲਤ ਹੈਗਾ ਜੀ ਸੋ ਆਪਾਂ ਬੋਲਾਂਗੇ ਇਟ ਇਜ਼ ਮਾਈ ਬਰਥਡੇ ਟੂਡੇ بارش ਹੋ ਰਹੀ ਹੈਗੀ ਇਟਸ ਰੇਨਿੰਗ ਇਟ ਇਜ਼ ਰੇਨਿੰਗ ਠੀਕ ਹੈ ਸਮਝ ਗਏ ਹੁਣ ਆਪਾਂ ਐਕਸਰਸਾਈਜ਼ ਅਕੋਰਡਿੰਗ ਚੱਲਦੇ ਆਂ देयर ਤੇ ਇਟ ਕਦੋਂ ਲੱਗਦਾ ਹੁੰਦਾ देयर ਦੇ ਨਾਲ ਬੀ ਦੀ ਫਾਰਮ ਲੱਗਦੀ ਹੈ ਸੋ ਦੇਖ ਪਤਾ ਲੱਗ ਰਿਹਾ ਤੁਹਾਨੂੰ ਦੇਖੋ देयर ਦੇ ਨਾਲ ਬੀ ਦੀ ਫਾਰਮ ਲੱਗਦੀ ਹੁੰਦੀ ਹੈ ਬੀ ਦਾ ਫਾਰਮ ਦਾ ਲੱਗਣ ਦਾ ਮਤਲਬ ਇੱਥੇ ਇਹ ਹੈਗਾ ਕਿ ਇਜ਼ ਐਮ ਆਰ ਹੁੰਦੀ ਹੈ ਬੀ ਦਾ ਮਤਲਬ ਪ੍ਰੈਜ਼ੈਂਟ ਦੇ ਵਿੱਚ ਬੀ ਦਾ ਮਤਲਬ ਇਜ਼ ਐਮ ਆਰ ਤੇ ਪਾਸਟ ਸੈਂਟੈਂਸ ਦੇ ਵਿੱਚ ਬੀ ਦਾ ਮਤਲਬ ਵਾਸ ਵਰ ਜਿਦਾ ਸੈਂਟੈਂਸ ਹੈ ਤੁਹਾਡੇ ਕੋਲੇ देयर इज अ फोन बॉक्स राउंड द कॉर्नर देयर इज अ फोन बॉक्स राउंड द कॉर्नर ਤਾਂ ਹੁਣ देयर ਦੇ ਨਾਲ ਜੋ ਅਪੋਸਟ੍ਰੋਫੀ ਅਸ ਲੱਗੀ ਹੈ ਅਸਲ ਦੇ ਵਿੱਚ ਇਹ ਇਸ ਦਾ ਕੰਮ ਕਰ ਰਹੀ ਹੈ ਉਹਦੇ ਹੀਠਾਂ ਤੁਸੀਂ ਵੇਖੋ देयर आर देयर आर ਸਮ ਐਗਸ ਇਨ ਦ ਫ੍ਰੀਜ਼ there are some x in the fridge ਇਥੇ are ਲੱਗਿਆ ਹੋਇਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ b ਦਾ ਮਤਲਬ is amr ਜਾਂ was ਵਰ ਹੁੰਦਾਗਾ ਹੁਣ ਇੱਕ ਗੱਲ ਬੜੀ ਗੌਰ ਨਾਲ ਪੜਿਓ ਧਿਆਨ ਨਾਲ ਪੜਿਓ ਇਸ ਚੀਜ਼ ਨੂੰ ਕੀ ਹੈ ਟੂ ਟॉक अबाउट द ਐਗਜ਼ਿਸਟੈਂਸ ਆਫ ਸਮਥਿੰਗ ਆਈ ਰਿਪੀਟ ਟੂ ਟॉक अबाउट द ਐਗਜ਼ਿਸਟੈਂਸ ਆਫ ਸਮਥਿੰਗ ਜਦੋਂ ਅਸੀਂ ਕਿਸੇ ਚੀਜ਼ ਦੀ ਹੋਣ ਦੀ ਗੱਲ ਕਰਦੇ ਹਾਂ ਕਿਸੇ ਚੀਜ਼ ਦੀ ਹੋਂਦ ਦੀ ਗੱਲ ਕਰਦੇ ਹਾਂ ਵੀ ਇਹ ਚੀਜ਼ ਹੈਗੀ ਹੈ ਜੀ ਉੱਥੇ ਮੇਰੇ ਦੋਸਤ ਦਾ ਘਰ ਹੈ ਮਾਈ ਫਰੈਂਡਸ ਹਾਊਸ ਇਜ਼ देयर ਜਾਂ देयर ਇਜ਼ ਮਾਈ ਫਰੈਂਡਸ ਹਾਊਸ ਮੇਰੇ ਦੋਸਤ ਦਾ ਘਰ ਉੱਥੇ ਹੈਗਾ देयर ਇਜ਼ ਮਾਈ ਫਰੈਂਡਸ ਹਾਊਸ ਤਾਂ ਜਦੋਂ ਅਸੀਂ ਦੱਸਣਾ ਹੁੰਦਾ ਵੀ ਕਿਤੇ ਕੁਝ ਹੈਗਾਗਾ ਉਹਦੀ ਹੋਂਦ ਉੱਥੇ ਹੈ ਤਾਂ ਅਸੀਂ ਉੱਥੇ ਦੇ ਨਾਲ ਇਜ਼ ਐਮ ਆ ਜਾਂ ਵਾਸ ਵਰ ਲੋਨਿ ਅੱਗੇ ਗੱਲ ਸਮਝਦੇ ਵਿੱਚ ਜਿਵੇਂ देयर ਇਜ਼ ਅ ਬੱਸ ਐਟ 10 2 5 10 ਤੋਂ ਲੈ ਕੇ 5 ਵਜੇ ਤੱਕ ਬੱਸ ਚੱਲਦੀ ਹੈਗੀ ਚਾਹੀਏ ਤੇ ਚੱਲਣ ਦੀ ਇੰਗਲਿਸ਼ ਵਿੱਚ ਲਿਖੀ ਪਰ ਅੰਡਰਸਟੂਡ ਆ ਜਾਗਾ ਕਿ ਤੇ ਬੱਸ ਚੱਲਣ ਦੀ ਗੱਲ ਹੋ ਰਹੀ ਹੈਗੀ ਇੱਥੇ ਓਕੇ ਉਸ ਤੋਂ ਬਾਅਦ ਗੌਰ ਕਰੋ ਨੈਕਸਟ ਜੋ ਪੁਆਇੰਟ ਹੈ ਵੀ ਆਲਸੋ ਯੂਜ਼ देयर ਵੀ ਆਲਸੋ ਯੂਜ਼ देयर ਵਿਦ ਵਰਡਸ ਲਾਈਕ ਅ ਲੋਟ ਆਫ ਮੈਨੀ ਮਚ ਮੋਰ ਐਂਡ ਇਨਫ ਸੋ ਜਦ ਅਜਿਹੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੇ ਨਾਲ ਵੀ ਅਸੀਂ ਦੇਰ ਲਗਾਉਣਾ ਜਿਵੇਂ देयर ਆਰ 30 ਡੇਸ ਇਨ ਅਪ੍ਰੈਲ ਅਪ੍ਰੈਲ ਦੇ ਵਿੱਚ 30 ਦਿਨ ਹੁੰਦੇ ਨੇ ਹੁੰਦੇ ਨਾ 30 ਦਿਨ ਇਹ ਹੋ ਗਈ ਦੇਰ ਦੀ ਗੱਲ ਪੰਜਾਬੀ ਦੇ ਵਿੱਚ ਦੇਰ ਦਾ ਮਤਲਬ ਹੁੰਦਾ ਉਥੇ ਉਥੇ ਤੇ ਅਕਸਰ ਹੀ ਅਸੀਂ ਉਥੇ ਨੂੰ ਉਦੋਂ ਯੂਜ਼ ਕਰਦੇ ਨੇ ਜਦੋਂ ਕੋਈ ਚੀਜ਼ ਥੋੜੀ ਦੂਰ ਪਈ ਹੋਵੇ ਬੇਸਿਕਲੀ ਆਪਾਂ ਹੀ ਮੰਨਦੇ ਆ ਪਰ ਅਸੀਂ ਅੱਜ ਤੋਂ ਬਾਅਦ ਕੀ ਚੀਜ਼ ਸੋਚਣੀ ਹੈ ਕਿ ਦੁਆਰਾ ਫੇਰ ਫੇਰ ਆਪਾਂ ਗੱਲ ਕਰੀਏ ਕਿ ਜਦੋਂ ਅਸੀਂ ਐਗਜ਼ਿਸਟੈਂਸ ਦੀ ਗੱਲ ਕਰਦੇ ਆ ਵੀ ਕਿਤੇ ਕੋਈ ਚੀਜ਼ ਹੈ ਤਾਂ ਉਦੋਂ ਵੀ ਅਸੀਂ ਦੇਅਰ ਤੋਂ ਬਾਅਦ ਇਜ਼ੈਮਰ ਲਗਾਉਨੇ ਆ ਦੂਸਰਾ ਪੁਆਇੰਟ ਅਸੀਂ ਜੋ ਹੁਣੇ ਕੀਤਾ ਹੈਗਾ ਕਿ ਅ ਲੋਟ ਆਫ ਮੈਨੀ ਮਚ ਮੋਰ ਜਾਂ ਇਨਫ ਤੇ ਨੰਬਰ ਤੋਂ ਬਾਅਦ ਗਿਣਤੀ ਤੋਂ ਬਾਅਦ ਵੀ ਅਸੀਂ ਦੇਅਰ ਯੂਜ਼ ਕਰਦੇ ਹਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਟ ਦੀ ਤਾਂ ਹੁਣ ਗੌਰ ਕਰਿਓ ਇਟ ਕਦੋਂ-ਕਦੋਂ ਯੂਜ਼ ਹੁੰਦਾ ਹੈਗਾ ਸਭ ਤੋਂ ਪਹਿਲਾਂ ਇਟ ਇੱਕ ਚੀਜ਼ ਦੇ ਲਈ ਵਰਤਿਆ ਜਾਂਦਾ ਹੈਗਾ ਕਿਸੇ ਐਕਸ਼ਨ ਦੇ ਲਈ ਕਿਸੇ ਸਿਚੁਏਸ਼ਨ ਦਾ ਇੱਕ ਆਈਡੀਆ ਲਈ ਵਰਤਿਆ ਜਾਂਦਾ ਹੈਗਾ ਦੁਆਰਾ ਦੱਸਦਾ ਮੈਂ ਕਿਸੇ ਵਸਤੂ ਕੋਈ ਕਿਰਿਆ ਕੋਈ ਸਿਚੁਏਸ਼ਨ ਕੋਈ ਹਾਲਾਤ ਕੋਈ ਆਈਡੀਆ ਵਾਸਤੇ ਗੱਲ ਕਰਦਾ ਜਿਵੇਂ ਆ ਦੇਖੋ ਐਗਜ਼ਾਮਪਲ ਦੀ ਗੱਲ ਕਰਦਾ ਮੈਂ 스키ਇੰਗ ਇਜ਼ ਐਨ ਐਕਸਪੈਂਸਿਵ ਹਬੀ ਬੜੀ ਮਹਿੰਗਾ ਕੰਮ ਅਸ ਕੀ ਕਰਨਾ ਇਜ਼ਨਟ ਇਟ ਕਿ ਨਹੀਂ ਯੂ ਹੈਵ ਟੂ ਫਿਲ ਇਟ ਫਿਲ ਇਨ ਤਾਂ ਹੁਣ ਇਹ ਇੱਕ ਐਕਸ਼ਨ ਦੀ ਗੱਲ ਕਰ ਰਹੇ ਆਗੇ ਇੱਥੇ ਆਪਾਂ ਇਟ ਦੇਖੋ ਕਿੱਥੇ ਲਗਾਇਆ ਹੈਗਾ ਇਟ ਲਗਾਇਆ ਹੈਗਾ ਇੱਥੇ 스키ਇੰਗ ਦੇ ਲਈ ਇਸ ਤੋਂ ਬਾਅਦ ਨੈਕਸਟ ਦੇਖੋ 올 ਦੀਸ ਸਟੂਪਿਡ ਫਾਰਮਸ ਹਾਜੀ ਇਟ ਇਜ਼ ਰਿਡਿਕਿਊਲਸ ਇਥੇ ਲੱਗਿਆ ਹੋਇਆ ਇਟ ਇਟ ਇਜ਼ ਰਿਡਿਕਿਊਲਸ ਬੜੀ ਹਾਸੋਹੀਨੀ ਗੱਲ ਆ ਇੱਕ ਗੱਲ ਹੋ ਗਈ ਜੀ ਹੁਣ ਇੱਕ ਚੀਜ਼ ਹੋਰ ਹੈ ਕਿ ਆਈਡੀਆ ਬਾਰੇ ਗੱਲ ਕਰਦੇ ਆ ਆਈਡੀਆ ਦੇਖੋ ਆਮ ਰੀਲੀ ਇੰਟਰਸਟਿਡ ਇਨ ਇਟ ਮਨ ਇਟ ਕਿਧਰੇ ਯੂਜ਼ ਹੋਇਆ ਆਈਡੀਆ ਲਈ ਮਤਲਬ ਕਿ ਇਸ ਸੋਚ ਦੇ ਨਾਲ ਮੈਂ ਵਾਕਈ ਸਹਿਮਤ ਹਾਂਗਾ ਮੈਂ ਜਾਇਸ ਦੇ ਵਿੱਚ ਮੈਨੂੰ ਦਿਲਚਸਪੀ ਹੈਗੀ ਓਕੇ ਸੋ ਇਹ ਇੱਕ ਸੀਗਾ ਕਿ ਇਟ ਕਿੱਥੇ ਕਿੱਥੇ ਯੂਜ਼ ਨਾ ਮੈਨੂੰ ਰਿਪੀਟ ਕਰਦਾ ਜਦੋਂ ਵੀ ਅਸੀਂ ਦੱਸਣਾ ਹੋਵੇ ਕਿਸੇ ਚੀਜ਼ ਬਾਰੇ ਗੱਲ ਕਰ ਰਹੇ ਹਾਂਗੇ ਕਿਸੇ ਐਕਸ਼ਨ ਬਾਰੇ ਗੱਲ ਕਰ ਗਏ ਜਿਵੇਂ ਸਕੀਇੰਗ ਇਹਦੇ ਵਿੱਚ ਐਕਸ਼ਨ ਹੈਗਾ ਕਿਸੇ ਸਿਚੁਏਸ਼ਨ ਦੀ ਗੱਲ ਕਰਦੇ ਹੋਣੇ ਜਿਵੇਂ ਇਟ ਇਜ਼ ਰੈਡਿਕਿਊਲਸ ਇਹ ਐਕਸ਼ਨ ਇਹ ਸਿਚੁਏਸ਼ਨ ਹੋਗੀ ਤੇ ਆਈਡੀਆ ਕੀ ਹੋ ਗਿਆ ਇੰਟਰਸਟਿਡ ਇਨ ਵਾਲਾ ਉਸ ਤੋਂ ਆ ਬੜਾ ਹੀ ਇੰਪੋਰਟੈਂਟ ਪੁਆਇੰਟ ਹੈ ਇੱਕ ਧਿਆਨ ਨਾਲ ਸੁਣਿਓ we use it to mean the unknown person ਜਦੋਂ ਕੋਈ ਅਣਜਾਣ ਬੰਦਾ ਹੁੰਦਾ ਸਟ੍ਰੇਂਜਰ ਹੁੰਦਾ ਅਸੀਂ ਉਹਦੇ ਲਈ it ਯੂਜ਼ ਕਰਦੇ ਹਾਂ ਵੈਸੇ ਕਿਹਾ ਜਾਂਦਾ ਹੈਗਾ ਕਿ it non living thing ਦੇ ਲਈ ਯੂਜ਼ ਹੁੰਦਾ ਹੁੰਦਾ ਨਾ non living thing ਦੇ ਲਈ ਜੋ ਚੀਜ਼ ਨਰਜੀਵ ਆ ਉਹਦੇ ਲਈ it ਯੂਜ਼ ਹੁੰਦਾ ਬਟ ਅਸੀਂ it ਉਸ ਇਨਸਾਨ ਵਾਸਤੇ ਵੀ ਯੂਜ਼ ਕਰਦੇ ਹੁੰਨੇ ਹਾਂ ਕਿ ਜਿਹੜਾ ਸਾਡੇ ਲਈ ਅਣਜਾਣ ਹੈ ਜਿਵੇਂ did someone ring ਕਿਸੇ ਨੇ ਫੋਨ ਕੀਤਾ ਸੀਗਾ ਦਾ ਆਨਸਰ ਆਇਆ ਇਟ ਵਾਸ ਵਿਕੀ ਸ਼ੀ ਜਸਟ ਕਾਲਡ ਸੇ ਸ਼ੀ ਹੈਜ਼ ਅਰਾਈਵਡ ਸੇਫਲੀ ਇਹ ਵਿਕੀ ਸੀਗੀ ਕਿਉਂਕਿ ਸੰ ਜਿਹੜਾ ਬੰਦਾ ਪੁੱਛ ਰਿਹਾ ਹੈਗਾ ਉਹਨੂੰ ਨਹੀਂ ਪਤਾ ਫੋਨ ਕਿਤਾ ਆਇਆ ਸੀਗਾ ਤਾਂ ਉਹਦੇ ਲਈ ਤਾਂ ਅਨਜਾਨ ਹੋ ਗਿਆ ਤੇ ਦੱਸਣ ਵਾਲੇ ਨੇ ਦੱਸਿਆ ਕਿ ਵਿਕੀ ਸੀਗਾ ਤੇ ਹੁਣੇ 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 ਉਸਨੇ ਵਿਕੀ ਸੀ ਇਹ ਤੇ ਜਿਸਨੇ ਹੁਣੇ ਹੁਣੇ ਫੋਨ ਕੀਤਾ ਕਿ ਉਹ ਸਹੀ ਢੰਗ ਨਾਲ ਪਹੁੰਚ ਗਈ ਹੈ ਇਹ ਹੋ ਗਿਆ ਜੀ ਦੂਸਰਾ ਪੁਆਇੰਟ ਪੁਆਇੰਟ ਨੰਬਰ 3 ਉਹ ਕੀ ਹੈ ਵੀ ਯੂਜ਼ ਇਟ ਫਾਰ ਦਾ ਟਾਈਮ ਦਾ ਵੈਦਰ ਐਂਡ ਡਿਸਟੈਂਸ ਇਹ ਆਲਰੇਡੀ ਮੈਂ ਤੁਹਾਨੂੰ ਗੱਲ ਕਰ ਚੁੱਕਿਆ ਜਦੋਂ ਅਸੀਂ ਸਮੇਂ ਦੀ ਗੱਲ ਕਰਦੇ ਆ ਮੌਸਮ ਦੀ ਗੱਲ ਕਰਦੇ ਆ ਦੂਰੀ ਦੀ ਗੱਲ ਕਰਦੇ ਆਗੇ ਜਿਵੇਂ ਇਟ ਇਜ਼ 50 ਮਾਈਲਸ ਫਰਮ ਹੇਅਰ ਟੂ ਬ੍ਰਾਈਟਨ ਕਿ 15 ਮੀਲ ਦੂਰ ਹੈ ਇਥੋਂ ਬ੍ਰਾਈਟਨ ਤੋਂ ਸੋ ਇਹ ਅਸੀਂ ਹੁਣ ਤੱਕ ਇਟ ਦੇ ਰੂਲ ਕੀਤੇ ਨੇ ਕੁਝ ਕੁਝ ਕੱਲਾ ਹੋ ਨੇ ਜਿਹਨੇ ਸਾਨੂੰ ਧਿਆਨ ਵਿੱਚ ਰੱਖਣੇ ਪੈਣਗੇ ਅਸੀਂ ਇਟ ਉਦੋਂ ਵੀ ਲਗਾਉਣੇ ਹੁੰਦੇ ਆ ਜਦੋਂ ਸੈਂਟੈਂਸ ਦੇ ਵਿੱਚ ਟੂ ਇਨਫਿਨਿਟੀ ਵਾਲੀ ਗੱਲ ਕਿਉ ਜਿਵੇਂ ਆ ਦੇਖੋ ਇਟ ਇਜ਼ ਨਾਈਸ ਟੂ ਮੀਟ ਯੂ ਫਰੈਂਡਸ ਲਾ ਬੈਡ ਕਲੋਸ ਤੋਂ ਬਾਅਦ ਵੀ ਲੱਗ ਜਾਂਦਾ ਜਿੱਦਾਂ ਇਟਸ ਪਿਟੀ ਥੈਟ ਯੂ ਕਾਂਟ ਕਮ ਵਿਦ ਅਸ ਸੋ ਇਹ ਛੋਟੇ ਛੋਟੇ ਰੂਲ ਹੋ ਗਏ ਹੁਣ ਸਭ ਤੋਂ ਜ਼ਿਆਦਾ ਜਿਹੜੇ ਜ਼ਰੂਰੀ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ ਉਹ ਹੈਗੀਆ ਹੁਣ ਗੌਰ ਕਰਿਓ ਬੜਾ ਇੰਪੋਰਟੈਂਟ ਪੁਆਇੰਟ ਹੈ ਕਵੈਸਚਨ ਸਾਨੂੰ ਆਉਂਦਾ ਹੁੰਦਾ ਧੇਰ ਲਗਾਓ ਜਾਂ ਇਟ ਲਗਾਓ ਸਾਨੂੰ ਕਿਵੇਂ ਪਤਾ ਲੱਗੂ ਵੀ ਧੇਰ ਲਗਾਈਏ ਜਾਂ ਅਸੀਂ ਇੱਥੇ ਇਟ ਲਗਾਈਏ ਧੇਰ ਲਗਾਈਏ ਇਟ ਲਗਾਈਏ ਹੁਣ ਤੁਹਾਨੂੰ ਮੈਂ ਰੂਲ ਦੱਸੇ ਹੈਗੇ ਪਹਿਲਾਂ ਧੇਰ ਦੇ ਦੱਸੇ ਫਿਰ ਇਟ ਦੇ ਦੱਸੇ ਹੁਣ ਦੋਨਾਂ ਦੇ ਇਕੱਠੇ ਕਰਦੇ ਆਂ ਤੇ ਮੇਰੀ ਗੱਲ ਧਿਆਨ ਨਾਲ ਸੁਣੀ ਆ ਅਜੇ ਹੀ ਪਤਾ ਨਹੀਂ ਤੁਹਾਨੂੰ ਕਿੰਨੇ ਪੁਆਇੰਟ ਮਿਲਦੇ ਰਹਿਣਗੇ ਬਸ ਤੁਸੀਂ ਐਂਡ ਤੱਕ ਇਸ ਕਲਾਸ ਨੂੰ ਦੇਖਣਾ ਕਿਉਂਕਿ ਤੁਹਾਡੇ ਲਈ ਮੈਂ ਤੁਹਾਡੀ ਨੌਲੇਜ ਜਜ ਕਰਨ ਵਾਸਤੇ ਤੇ ਇਹ ਦੇਖਣ ਵਾਸਤੇ ਕਿ ਮੇਰਾ ਸਮਝਾਇਆ ਤੁਹਾਨੂੰ ਸਮਝ ਆ ਗਿਆ ਜਾਂ ਨਹੀਂ ਆਇਆ ਤਾਂ ਤੁਹਾਡੇ ਲਈ ਇੱਕ ਐਕਸਰਸਾਈਜ਼ ਵੀ ਦੇ ਵਿੱਚ ਹੋਏਗੀ ਕੁਐਸਚਨਸ ਵੀ ਹੋਣਗੇ ਜਿਨ੍ਹਾਂ ਦੇ ਆਨਸਰ ਤੁਸੀਂ ਇੱਥੇ ਹੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣੇ ਆਗੇ ਤੇ ਜੋ ਤੁਹਾਡੇ ਡਾਊਟਸ ਹੋਣਗੇ ਮੈਂ ਉਹ ਨੈਕਸਟ ਕਲਾਸ ਦੇ ਵਿੱਚ ਕਲੀਅਰ ਕਰੂੰਗਾ ਗੱਲ ਕਰ ਰਹੇ ਆਂ ਕਿ ਆਪਾਂ ਥੇਅਰ ਐਂਡ ਇਟ ਦੀ ਵੀ ਆਫਰ ਯੂਜ਼ ਥੇਅਰ ਵੈਨ ਵੀ ਮੈਂਸ਼ਨ ਸਮਥਿੰਗ ਫਾਰ ਦਾ ਫਰਸਟ ਟਾਈਮ ਤੇ ਅਨਾ ਸੁਣੋ ਦੇਖੋ ਕੀ ਕਿਹਾ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਪਹਿਲੀ ਵਾਰ ਜ਼ਿਕਰ ਕਰਦੇ ਆਂਗੇ ਪਹਿਲੀ ਵਾਰ ਤਾਂ ਅਸੀਂ ਥੇਅਰ ਦੀ ਗੱਲ ਕਰਦੇ ਹਾਂ ਉੱਤੇ like the picture in this example there was a picture on the wall it was an abstract painting kand de upar ik tasveer lagi hoyi si gi te badi abstract painting si abstract matlab badi badi uljhi hui si gi abstract matlab ki pata nahi lag raha asal de vich vich ki hai so ab pehli var us photo di gal kar rahe hain ki sanu nahi pata o ki di hai kivein hai gi okay samjhe gi ਜਦੋਂ ਅਸੀਂ ਡਿਟੇਲ ਦੇਣ ਦੀ ਗੱਲ ਕਰਦੇ ਹੁੰਨੇ ਆਗੇ ਉਦੋਂ ਅਸੀਂ ਇਟ ਲਗਾਉਣੇ ਹੁੰਨੇ ਆ ਜਦੋਂ ਦੁਆਰਾ ਸੁਣੋ ਜਦੋਂ ਕੋਈ ਚੀਜ਼ ਦਾ ਜ਼ਿਕਰ ਜਾਂ ਉਹਦੇ ਬਾਰੇ ਗੱਲ ਪਹਿਲੀ ਵਾਰ ਹੋ ਰਹੀ ਹੁੰਦੀ ਆ ਤਾਂ ਅਸੀਂ ਉੱਥੇ ਦੈਟ ਲਗਾਉਣੇ ਹੁੰਨੇ ਆਗੇ ਪਰ ਜਦੋਂ ਅਸੀਂ ਉਹਦੀ ਹੀ ਡਿਟੇਲ ਦੇਣੀ ਹੋਵੇ ਜਦੋਂ ਆਪਾਂ ਪਹਿਲੀ ਵਾਰ ਕਿਸੇ ਚੀਜ਼ ਦਾ ਜ਼ਿਕਰ ਕਰਦੇ ਆਗੇ ਪਹਿਲੀ ਵਾਰ ਕਿਸੇ ਚੀਜ਼ ਦੀ ਗੱਲ ਕਰਦੇ ਤੇ ਦੇਰ ਲਗਾਵਾ ਜਦ ਦੇਰ ਇਜ਼ ਦਿਸ ਆ ਪਿਕਚਰ ਔਨ ਦਾ ਵਾਲ ਵਾਲ ਦੇ ਉੱਪਰ ਇੱਕ ਪਿਕਚਰ ਲੱਗੀ ਹੋਈ ਹੈਗੀ ਜਦੋਂ ਆਪਾਂ ਡਿਟੇਲ ਦੇਣੀ ਹੋਏਗੀ ਤਾਂ ਉਦੋਂ ਅਸੀਂ ਇਟ ਲਗਾਉਣੇ ਆ ਉਹ ਕੀ ਆ ਦੇਖੋ ਜਿਵੇਂ ਉੱਪਰ ਇਟ ਇਜ਼ ਐਨ ਅਬਸਟ੍ਰੈਕਟ ਪੇਂਟਿੰਗ ਇਹ ਉਹਦੀ ਡਿਟੇਲ ਆ ਗਈ ਗੱਲ ਆ ਗਈ ਪਤਾ ਧਿਆਨ ਚ ਆ ਗਈ ਗੁੱਡ ਹੋਰ ਕੁਝ ਹੋਰ ਐਗਜ਼ਾਮਪਲ ਆ देयर इज अ वुमेन एट द डोर ਦਰਵਾਜ਼ੇ ਤੇ ਇੱਕ ਔਰਤ ਆ ਗਈ ਤਾਂ ਸਾਨੂੰ ਨਹੀਂ ਪਤਾ ਕੌਣ ਆ ਪਹਿਲੀ ਵਾਰ ਗੱਲ ਹੋ ਰਹੀ ਹੈ ਔਰਤ ਦੀ ਗੱਲ ਹੋ ਰਹੀ ਹੈ ਤੇ ਹੁਣ ਡਿਟੇਲ ਹੈ ਓ ਇਟਸ ਆਂਟ ਜੌਨ ਆਂਟ ਜੌਨ ਆ ਗਈ देयर वाज अ ਡੌਗ ਇਨ ਦਾ ਫੀਲਡ ਕੇਟ ਦੇ ਵਿੱਚ ਕੁੱਤਾ ਸੀਗਾ ਤੇ ਉਹਦੀ ਡਿਟੇਲ ਕੀ ਹੋਗੀ ਇਟ ਵਾਸ ਅ ਬਿਗ ਬਲੈਕ ਬਨ ਕਾਲੇ ਰੰਗ ਦਾ ਵੱਡਾ ਸਾਰਾ ਕੁੱਤਾ ਸੀ ਸੋ ਇਹ ਸੀ ਸਾਡੇ ਅੱਜ ਦੇ ਰੂਲ ਤੇ ਹੁਣ ਤੁਹਾਡੀ ਨੌਲੇਜ ਦੇ ਲਈ ਤੁਹਾਡੀ ਨੌਲੇਜ ਚੈੱਕ ਕਰਨ ਦੇ ਲਈ ਮੈਂ ਚਾਹਨਾਗਾ ਕਿ ਤੁਸੀਂ ਸੋਲਵ ਕਰੋ ਦੇਖੋ ਤੁਹਾਡੇ ਕੋਲੇ ਪਹਿਲਾ ਜੋ ਰੂਲਸ ਨੇ ਪਹਿਲੇ ਜੋ ਤੁਹਾਡੇ ਕੋਲੇ ਕੁਐਸਚਨ ਹੈ ਉਹ ਇਹ ਹੈਗਾ ਤੁਸੀਂ ਵੇਖੋ ਕਿ ਤੁਹਾਡੇ ਕੋਲ ਫੋਟੋਜ਼ ਬਣੀਆਂ ਹੋਈਆਂ ਨੇਗੀਆਂ ਪੰਜ ਫੋਟੋਜ਼ ਤੁਸੀਂ ਵੇਖਣਾ ਹੈਗਾ ਇਹਨਾਂ ਨੂੰ ਯੂਜ਼ ਕਰਕੇ ਇੱਕ ਸੈਂਟੈਂਸ ਬਣਾਉਣਾ ਤੁਸੀਂ ਓਕੇ ਉਸ ਤੋਂ ਬਾਅਦ ਕੀ ਹੈ देयर ਤੇ ਬੀ ਯੂਜ਼ ਕਰਕੇ ਸੈਂਟੈਂਸ ਕੰਪਲੀਟ ਕਰਨਾ ਸੀ ਤੇ ਇੱਕ ਇੱਕ ਸੈਂਟੈਂਸ ਤੁਹਾਡੇ ਲਈ ਸੋਲਵ ਕੀਤਾ ਹੋਇਆ ਹੈਗਾ ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ ਇਸ ਤੋਂ ਬਾਅਦ ਇਟ ਲਗਾਉਣਾ ਤੁਸੀਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਪੁਆਇੰਟ ਆਫ 뷰 ਜੇ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟ ਹੋ ਤਾਂ ਤੁਹਾਨੂੰ ਐਕਸਰਸਾਈਜ਼ ਬਹੁਤ ਕੰਮ ਦੀ ਆ ਬਹੁਤ ਤੁਹਾਨੂੰ ਕੋਸ਼ੇ ਇਹਦੇ ਵਿੱਚ ਮਿਲੇਗਾ ਤਾਂ ਇੰਪੋਰਟੈਂਟ ਪੁਆਇੰਟ ਹੈ 3 ਔਰ ਜੋ ਸਭ ਤੋਂ ਪੁਆਇੰਟ ਇੰਪੋਰਟੈਂਟ ਹੈ ਸਭ ਤੋਂ ਇੰਪੋਰਟੈਂਟ ਐਕਸਰਸਾਈਜ਼ ਹੈ ਇਸ ਪਾਰਟ ਦੀ ਉਹ ਹੈ ਇਹ ਵਾਲੀ ਥੇਅਰ ਔਰ ਇਟ ਵਾਲੀ ਕਿਉਂਕਿ ਇਗਜ਼ਾਮ ਦੇ ਵਿੱਚ ਇਹਦੇ ਵਿੱਚ ਅਕਸਰ ਹੀ ਕੋਈ ਨਾ ਕੋਈ ਸੈਂਟੈਂਸ ਆਉਂਦਾ ਹੀ ਰਹਿੰਦਾ ਹੈਗਾ ਸੋ ਇੱਥੇ ਅੱਜ ਦੀ ਕਲਾਸ ਕੰਪਲੀਟ ਹੁੰਦੀ ਹੈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਤੇ ਜੇ ਸਬਸਕ੍ਰਾਈਬ ਤੁਸੀਂ ਕਰ ਚੁੱਕੇ ਹੋਗੇ ਤਾਂ ਤੁਸੀਂ ਇਸ ਵੀਡੀਓ ਨੂੰ ਸਿਰਫ ਆਪਣੇ ਆਪ ਤੱਕ ਨਹੀਂ ਰੱਖਣਾ ਇਸ ਨੂੰ ਲਾਈਕ ਕਰਕੇ ਕਮੈਂਟ ਕਰਕੇ ਆਪਣੀ ਫੀਡਬੈਕ ਦੇ ਕੇ ਹੋਰਾਂ ਦੇ ਨਾਲ ਵੀ ਸ਼ੇਅਰ ਕਰਨੇ ਤਾਂ ਕਿ ਘਰ ਬੈਠੇ ਸਾਰੇ ਦੇ ਸਾਰੇ ਸਟੂਡੈਂਟਸ ਆਪਣੀ ਸਟੱਡੀ ਕੰਪਲੀਟ ਕਰ ਸਕਣ ਠੀਕ ਹੈ ਜੀ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ ਰੱਬ ਰਾਖਾ